मदद नहीं की नजर नहीं आ रही, और लोग जड़े ने बहुत सेवा की है। अच्छे कोई शहर उपरे है सुखा बच भी है, वो ये है कि सब तो पहला खालसा एड हो पिछे किसानी अंदोलन के लगातार बैठे ने उन्होंने हर चीज अपने देश के इलाके बाहर गए, बाहरों पैसा कोई इतों की सेवा वास्ते होता है, गरीबा की लोगों सेवा वास्ते होता, सरकार से करती है वो करते हैं, उन्होंने कर नहीं देंगे, ये भी पाप हो गए यार, ये भी अपराध हो गया। मुद्दे की गुरु नाम सिंह चडूनिया नाम सब तो उपर आता है, चडूनी साहब किसान के मुद्दे की गल करिए, इस बार पंजाब ने सब तो बड़ी सही है जिन्ना इस बारी नुकसान होया है पंजाब दा हरियाणे दा या होर स्टेटां दा जिन्ना नुकसान होया जे ये पैसा बाढ़ रोकण वास्ते ला दो परमानेंट ਉਹਦੇ ਵਾਸਤੇ ਮੈਂ ਫਾਰਮੂਲਾ ਦਿੱਤਾ ਹੈ ਵੀ ਜਿਹੜੀ ਬਰਸਾਤੀ ਨਦੀਆਂ ਹੈ ਉਹਨਾਂ ਇੱਕ ਕੈਮੀ ਤੇ ਜਿਹੜਾ ਤੈਅ ਕਰੂਗੀ ਆਹ ਜਗ੍ਹਾ ਹੈ ਬਰਸਾਤੀ ਉੱਥੇ ਜਿੰਨਾ ਪਾਣੀ ਆਉਂਦਾ ਉਸ ਤੋਂ ਜ਼ਿਆਦਾ ਉਹਨੂੰ ਪਹਿਲੇ ਜਗ੍ਹਾ ਰੱਖ ਲਓ, ਜੇ 1 ਲੱਖ ਕਿਸੀ ਦਾ ਆਉਂਦਾ ਤਾਂ 1.5 ਲੱਖ ਕਿਸੀ ਦਾ ਆਪਣੇ ਦੇਸ਼ ਦੇ ਵਿੱਚ ਬਹੁਤ ਜ਼ਿਆਦਾ ਭਰਾਉਣ ਹੈ ਉਹ 10-20 ਫੁੱਟ 5 ਫੁੱਟ ਜਿੰਨੀ ਲੋੜ ਆਉਂਦੀ ਸੀ ਉਹਦੇ ਕਿਨਾਰੇ ਜਿਹੜੇ ਨੇ ਸਿਮੈਂਟਡ ਅਤੇ ਉਹ ਕਿਨਾਰੇ ਟੁੱਟ ਨਾ ਸਕੇ ਅਤੇ ਇੰਨਾ ਉੱਚਾ ਕਰ ਦਿਓ ਜੇ ਵੀ ਪਾਣੀ ਬਾਹਰ ਤੋਂ ਕਦੇ ਉੱਥੋਂ ਦੇ ਪਾਣੀ 'ਤੇ ਪਹੁੰਚੀ ਅਤੇ ਇਸ ਦੇ ਨਾਲ ਪਰਮਾਨੈਂਟ ਦੂਜੀ ਚੀਜ਼ ਚੀਨੀਆਂ ਮਾਰਕੀਟ ਕਮੇਟੀ ਨੇ ਅਤੇ PWD ਨੇ ਰੋਡ ਬਣਾਏ ਨੇ ਉਹਨਾਂ ਰੋਡਾਂ ਦੇ ਵਿੱਚ ਕੋਈ ਪੁਲੀਆਂ ਨਹੀਂ ਛੱਡੀ, ਹਰ 200 ਮੀਟਰ 'ਤੇ ਇੱਕ ਪੁਲੀ ਲਾਓ, ਜਿੰਨੇ ਹੁਣੇ ਹਾਈਵੇ ਬਣਾ ਰਹੇ ਨੇ ਬੜੇ ਹਾਈਵੇ 15-15 ਫੁੱਟ ਉੱਚੀ, ਤੁਸੀਂ ਪਹਿਲੇ ਅੰਗਰੇਜ਼ਾਂ ਦੇ ਟਾਈਮ 'ਤੇ ਹਾਈਵੇ ਦੇਖੋ ਜਿਹੜੀ ਰੋਡਾਂ ਮੰਨ ਲਓ ਹਰ 2-3 ਕਿਲੋਮੀਟਰ 'ਤੇ ਤੁਹਾਨੂੰ 100 ਫੁੱਟ ਦਾ 50 ਫੁੱਟ ਦਾ 200 ਫੁੱਟ ਦਾ ਪੁਲ ਮਿਲੇਗਾ, ਹੁਣ 20 ਕਿਲੋਮੀਟਰ 'ਤੇ ਵੀ ਇੱਕ ਪੁਲ ਨਹੀਂ ਹੈ ਜਿਹੜੇ ਹਾਈਵੇ ਬਣਾ ਰਹੇ ਅਤੇ ਡੁੱਬਣ ਗਏ ਤਾਂ ਹੈ ਹੀ, ਇਹ ਇੰਤਜ਼ਾਮ ਕਰਨਾ ਚਾਹੀਦਾ ਨੇ ਬਾੜ ਰੋਕਣ ਵਾਸਤੇ, ਜਿਹੜਾ ਲੋਕਲ ਪਾਣੀ ਹੁੰਦਾ ਹੈ ਲੋਕਲ ਬਾੜ ਉਹਦੇ ਵਾਸਤੇ ਵੀ ਇੱਥੇ ਇੱਥੋਂ ਤਾਂ ਪਾਣੀ ਕਿਤੇ ਨਿਕਲਦਾ ਨਹੀਂ ਅਤੇ ਪਾਣੀ ਬਾੜ ਜ਼ਿਆਦਾ ਹੋ ਗਈ, ਉੱਥੇ ਵੱਡੀਆਂ ਝੀਲਾਂ ਤਲਾਓ ਉਹ ਬਣਾਉਣੇ ਚਾਹੀਦੇ ਨੇ, ਕਿਸਾਨਾਂ ਨੂੰ ਸਬਸਿਡੀ ਦੇਣੀ ਚਾਹੀਦੀ ਹੈ, ਤੁਹਾਡੇ ਕੋਲ 20 ਕਿੱਲੇ ਨੇ ਤੁਸੀਂ 1 ਕਿੱਲੇ ਦਾ ਤਲਾਅ ਬਣਾ ਲਓ, ਦੂਜੇ ਭਰਾ ਕੋਲ 10 ਕਿੱਲੇ ਨੇ 1/2 ਕਿੱਲੇ ਦਾ ਤਲਾਅ ਬਣਾ ਲਓ, ਆਪਣੇ ਖੇਤਾਂ ਦਾ ਪਾਣੀ ਉੱਥੇ ਵੀ ਜਮ੍ਹਾਂ ਕਰੇ, ਹੋਰ ਦਿਨ ਤੇਰੇ ਕਿਤੇ ਬਾਰਿਸ਼ ਦਾ ਪਾਣੀ ਫਾਲਤੂ ਉੱਥੇ ਜਮ੍ਹਾਂ ਕਰੇ, ਉਸ ਪਾਣੀ ਨੂੰ ਦੁਬਾਰੇ ਸਿੰਚਾਈ ਵਾਸਤੇ ਦੇ, ਇਹਦੇ ਨਾਲ ਬਿਜਲੀ ਬਚੇਗੀ, ਇਹਦੇ ਨਾਲ ਬਾੜ ਬਚੇਗੀ, ਇਹਦੇ ਨਾਲ ਜਿਹੜਾ ਹੈ ਜ਼ਮੀਨ ਦਾ ਪਾਣੀ ਬਚੇਗਾ, ਇਹ 3 ਚੀਜ਼ਾਂ ਬਚਣਗੀਆਂ, ਇਹ ਪਲਾਨ ਜੇ ਲਾਗੂ ਕਰ ਲਈ ਪੂਰਾ ਇਹ ਪੰਜਾਬ ਜਿਹੜਾ ਹੈ ਪੂਰਾ ਹਰਿਆਣਾ ਪੂਰਾ ਦੇਸ਼ फसल दबा पूरा टब्बर ही दबा होता है डंगर मर गए कई बोर बैठ गए बहुत कई मकान गिर गए ਬਹੁਤ ਤਰ੍ਹਾਂ ਦਾ ਨੁਕਸਾਨ ਹੋ ਗਿਆ ਅਤੇ ਜਿੱਥੋਂ ਤੱਕ ਉਹਦਾ ਮੁਆਵਜ਼ਾ ਹੈ ਮੁਆਵਜ਼ਾ ਤਾਂ ਦਿੰਦੇ ਹੀ ਨਹੀਂ, ਹੁਣ ਇਹਨਾਂ ਨੇ ਕਿਹਾ 15,000 ਰੁਪਈਏ ਕਿੱਲਾ ਦੇਣ ਕਿ 15,000 ਦੀ ਜੀਰੀ ਨਿਕਲਣੀ ਸੀ ਬਈ ਜੀਰੀ ਤਾਂ ਨਿਕਲਣੀ ਸੀ 60,000 ਦੀ ਇਹ ਦਿਨ ਨੇ 15,000 ਫਿਰ 15,000 ਸਕੀਮ ਭਰਪਾਈ ਹੋ ਜਾਏਗੀ, ਇਹ ਕਹਿੰਦੇ ਨੇ ਜੇ ਤੁਸੀਂ ਦੁਬਾਰੇ ਲਾ ਕੇ ਤਾਂ ਹੀ ਦੇਣਾ ਹੀ ਨਹੀਂ, ਠੀਕ ਹੈ
ਕਿ ਅਸੀਂ ਇਹ ਕਹਿ ਰਹੇ ਹਾਂ ਵੀ ਜਿਹੜਾ ਫਸਲ ਖਰਾਬ ਹੋ ਗਈ ਹੈ ਦੁਬਾਰੇ ਲੱਗੀ ਨੂੰ ਘੱਟ ਤੋਂ ਘੱਟ 40,000 ਜਿੱਥੇ ਦੁਬਾਰੇ ਫਸਲ ਲੱਗੀ ਉੱਥੇ 15,000 ਜੇ ਕਿਸੇ ਦਾ ਬੋਰ ਬੈਠ ਗਿਆ ਉਹਨੂੰ 1,00,000-2,00,000 ਅਤੇ ਜੇ ਕਿਸੇ ਦੀ ਮੋਟਰ ਵੀ ਵਿੱਚੇ ਹੀ ਰਹਿ ਗਈ ਉਹਨੂੰ 3,00,000 ਜੇ ਗੰਨਾ ਖਰਾਬ ਹੋ ਗਿਆ ਉਹਨੂੰ 1,00,000 ਗੰਨਾ 3 ਫਸਲਾਂ ਦੇ ਬਰਾਬਰ ਇਸ ਤਰ੍ਹਾਂ ਕਰਕੇ ਉਹਨੂੰ ਮੁਆਵਜ਼ਾ ਦੇਣਾ ਚਾਹੀਦਾ ਅਤੇ ਇਸੇ ਤਰ੍ਹਾਂ ਡੰਗਰਾਂ ਦਾ ਇਸੇ ਤਰ੍ਹਾਂ ਬਜਾਜ ਕਿਸੇ ਦਾ ਨੁਕਸਾਨ ਹੋਇਆ ਕਿਸੇ ਚੀਜ਼ ਦਾ ਨੁਕਸਾਨ ਹੋਇਆ ਸਾਰਾ ਮੁਆਵਜ਼ਾ ਦੇਣਾ ਚਾਹੀਦਾ। ਚੁੱਲੂ ਸਰ ਜਿਸ ਤਰ੍ਹਾਂ ਇਹ ਸਭ ਕੁਛ ਹੋਇਆ ਇਸ ਵਾਰ खास मदद नहीं की नजर नहीं आ रही पर लोग जड़े ने बहुत सेवा की ਅੱਜ ਕੱਲ੍ਹ ਕੋਈ ਸ਼ਹਿਰ ਉੱਭਰ ਰਿਹਾ ਅਤੇ ਪਿੰਡ ਦੇ ਵਿੱਚ ਜਿਹੜਾ ਪਿੰਡ ਸੁੱਕਾ ਬਚ ਗਿਆ ਉੱਥੋਂ ਲੰਗਰ ਬਣਾ ਕੇ ਲਿਆ ਜੇ ਅਤੇ ਦੂਜਾ ਪਿੰਡ ਉੱਭਰ ਗਿਆ ਉੱਥੇ ਜਾਏ ਗਏ ਨੇ ਸ਼ਹਿਰ ਦੇ ਵਿੱਚ ਗਏ ਨੇ ਪਾਣੀ ਵਰਤਾਇਆ ਰੋਟੀ ਵਰਤਾਈ ਰਾਸ਼ਨ ਵਰਤਾਇਆ ਕੱਪੜੇ ਵਰਤਾਏ ਬਹੁਤ ਕੁਛ ਉਹਨਾਂ ਦੀ ਹੈਲਪ ਕੀਤੀ ਇੱਕ ਦੂਜੇ ਨੇ ਬਹੁਤ ਸੇਵਾ ਕੀਤੀ ਅਤੇ ਮੈਂ ਇੱਕ ਗੱਲ ਤੋਂ ਹੋਰ ਹੈਰਾਨ ਜਿਹੜੀ ਬੜੀ ਦੁੱਖਦਾਈ ਉਹ ਇਹ ਹੈ ਕਿ ਸਭ ਤੋਂ ਪਹਿਲਾਂ ਖਾਲਸਾ ਇਹ ਹੋਇਆ ਪਿੱਛੇ ਕਿਸਾਨੀ ਅੰਦੋਲਨ ਦੇ ਵਿੱਚੋਂ ਲਗਾਤਾਰ ਉੱਥੇ ਬੈਠੇ ਨੇ ਉਹਨਾਂ ਨੇ ਹਰ ਚੀਜ਼ ਨੂੰ ਪੜ੍ਹੀ ਦਿੱਤੀ ਅਤੇ ਜਿੱਥੇ ਵੀ ਪ੍ਰਾਕਿਰਤਿਕ ਆਪਦਾ ਹੁੰਦੀ ਹੈ ਪੂਰੇ ਦੇਸ਼ ਦੀ ਪੂਰੀ ਦੁਨੀਆ 'ਚ ਉਹ ਜਿਹੜਾ ਹੈ ਸਭ ਤੋਂ ਪਹਿਲਾਂ ਪਹੁੰਚਾ ਇੰਨੇ ਇੰਨੇ ਪਾਣੀ ਦੇ ਵਿੱਚ ਉਹਨਾਂ ਦੇ ਬੰਦੇ ਮੈਂ ਦੇਖੇ ਨੇ ਉਹਨਾਂ ਦੀ ਸੇਵਾ ਦਾ ਪਿੰਡਾਂ ਦੇ ਵਿੱਚ ਜਾ ਰਹੇ ਨੇ ਸ਼ਹਿਰਾਂ ਦੇ ਵਿੱਚ ਜਾ ਰਹੇ ਨੇ ਲੱਕੜ ਵੰਡ ਰਹੇ ਨੇ ਕੱਪੜੇ ਵੰਡ ਰਹੇ ਨੇ ਹੋਰ ਜੋ ਵੀ ਲੋੜ ਹੈ ਉਹ ਵੰਡ ਰਹੇ ਨੇ ਮਕਾਨ ਗਿਰ ਗਿਆ ਉਹ ਬਣਵਾ ਰਹੇ ਨੇ ਇਲਾਜ ਕਰਾ ਰਹੇ ਨੇ ਕੁੜੀਆਂ ਸ਼ਾਦੀਆਂ ਕਰ ਰਹੇ ਨੇ ਮਤਲਬ ਬੜੇ ਧਰਮ ਦੇ ਕੰਮ ਆ ਰਹੇ ਤੁਹਾਡਾ ਭਰਾ ਬਾਹਰ ਗਿਆ ਆਪਣੇ ਦੇਸ਼ ਦੇ ਇੱਕ ਨਾਗਰਿਕ ਬਾਹਰ ਗਿਆ ਸਾਡੇ ਪਿੰਡ ਦੇ ਇੱਕ ਬੰਦਾ ਬਾਹਰ ਗਿਆ ਉਹ ਪੈਸੇ ਵਾਲਾ ਹੋਊਗਾ ਉਹ ਕਹੇਗਾ ਯਾਰ ਮੈਂ ਹੈ ਤੇ ਭਾਰਤ ਦਾ ਬੱਚਾ ਨਾ ਮੈਂ ਭਾਰਤ ਦਾ ਬੱਚਾ ਵਾਂ ਮੇਰੇ ਦੇਸ਼ ਦੇ ਮੇਰੇ ਭਰਾ ਸਾਰੇ ਸੁੱਖੀ ਹੋਣੇ ਚਾਹੀਦੇ ਉਹਨੇ ਭੇਜਤਾ ਬਾਹਰ 10,00,000 ਰੁਪਏ ਸੇਵਾ ਵਾਸਤੇ ਦੂਜੇ ਨੇ ਭੇਜਤਾ ਉਹ ਪੈਸਾ ਜੇ ਬਈ ਜੇ ਬਾਹਰੋਂ ਪੈਸਾ ਕੋਈ ਇੱਥੋਂ ਦੀ ਸੇਵਾ ਵਾਸਤੇ ਹੁੰਦਾ ਗਰੀਬਾਂ ਦੀ ਲੋਕਾਂ ਸੇਵਾ ਵਾਸਤੇ ਹੁੰਦਾ ਸਰਕਾਰ ਤਾਂ ਕਰਦੀ ਨਹੀਂ ਉਹ ਕਰਦੇ ਨੇ ਉਹਨਾਂ ਨੂੰ ਕਰਨ ਨਹੀਂ ਦਿੰਦੇ ਇਹ ਵੀ ਪਾਪ ਹੋ ਗਿਆ ਯਾਰ ਇਹ ਵੀ ਅਪਰਾਧ ਹੋ ਗਿਆ ਮੈਂ ਕਹਿੰਦਾ ਸਰਕਾਰ ਕਹੇ ਵੀ ਜਿੰਨੀ ਲੋੜ ਹੈ ਖਾਲਸੇ ਨੂੰ ਉਨੀ ਅਸੀਂ ਹੈਲਪ ਕਰਾਂਗੇ ਅਤੇ ਬਾਹਰੋਂ ਦਾਣਾ ਬੰਦ ਕਰਦੇ ਨੇ ਕਰਨ ਇਹ ਮਤਲਬ ਥੋੜ੍ਹੀ ਆ ਸਰਕਾਰ ਆਪ ਸਰਕਾਰ ਨੇ ਕਰਨਾ ਨਹੀਂ ਦੂਜੇ ਨੂੰ ਕਰਨ ਦੇਣਾ ਨਹੀਂ ਫਿਰ ਤਾਂ ਮਾਰਨਾ ਹੀ ਚਾਹੁੰਦੀ ਹੈ ਫਿਰ ਜ਼ਹਿਰ ਦੀ ਗੋਲੀ ਦੇ ਦਿਓ ਸਾਰਾ ਛੇਤੀ ਨਿਬੜ ਜੇ ਕੰਮ ਜੇ ਮਾਰਨਾ ਹੀ ਨੇ ਹੁਣ ਬਾੜ ਦੇ ਵਿੱਚ ਜੇ ਖਾਲਸਾ ਦੁਆਲੇ ਅੱਗੇ ਨਾ ਆਉਂਦੇ ਇੱਕ ਨੂੰ ਦੇਖ ਕੇ ਦੂਜਾ ਆ ਜਾਂਦਾ ਸਭ ਤੋਂ ਪਹਿਲਾਂ ਖਾਲਸਾ ਦੁਆਲੇ ਰਾਤ ਨੂੰ ਦਿਨੇ ਇੰਨੇ ਇੰਨੇ ਪਾਣੀ ਦੇ ਵਿੱਚ ਕਿਹੜਾ ਪੁਲਿਸ ਦਾ ਸਿਪਾਹੀ ਨਹੀਂ ਕਰਦਾ ਅਤੇ ਇਹ ਬੀਜੇਪੀ ਵਾਲੇ ਕਿੱਥੇ ਗਏ ਉਹ ਕੱਛਾਧਾਰੀ ਉਹ ਕੱਛਾਧਾਰੀ ਕੋਈ ਨਜ਼ਰ ਆਇਆ ਸੇਵਾ ਕਰਦਾ ਇਹ ਕੱਛਾਧਾਰੀ ਦੰਗਾ ਕਰਾਉਣ ਨੂੰ ਤਾਂ ਤਿਆਰ ਨੇ ਇਹ ਕੱਛਾਧਾਰੀ ਕੋਈ ਸੇਵਾ ਵਾਸਤੇ ਤਾਂ ਅੱਗੇ ਨਹੀਂ ਆਇਆ ਆਹ ਰੇਡਾ ਕਰਾਉਣ ਨੂੰ ਤੱਕਦੇ ਨੇ ਅਤੇ ਇਹ ਜਿਹੜਾ ਹੈ ਬੜੀ ਮਾੜੀ ਪ੍ਰਵਿਰਤੀ ਹੈ ਅਤੇ ਇਹ ਨਾ ਆਪ ਕਰਦੇ ਨੇ ਨਾ ਦੂਜੇ ਨੂੰ ਕੰਮ ਦਿੰਦੇ ਨੇ ਸਰ ਬੀਜੇ ਜੇ ਅਕਾਲੀ ਜੇ ਮੈਂ ਗੱਲ ਕਰੀਏ ਪਾਰਟੀਆਂ ਸਿਆਸਤ ਉਹ ਲਗਾਤਾਰ ਭੌਂਕ ਮਾਨ ਉੱਤੇ ਸਵਾਲ ਚੱਕਦੀਆਂ ਨੇ ਵੀ ਕਿਸਾਨਾਂ ਦੀ ਮਦਦ ਨਹੀਂ ਕਰਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਨੇ ਵੀ ਸੈਂਟਰ ਫੰਡਿੰਗ ਨਹੀਂ ਦਿੰਦੇ ਆ ਅਤੇ ਸੈਂਟਰ ਨੇ 200 ਕਰੋੜ ਰੁਪਏ ਕਹਿੰਦੇ ਅਸੀਂ ਮਦਦ ਨਹੀਂ ਭੇਜਿਆ ਤੁਹਾਨੂੰ ਲੱਗਦਾ ਵੀ ਇਹਨਾਂ ਉੱਤੇ ਲਗਾਤਾਰ ਇਹਦੇ ਉੱਤੇ ਸਿਆਸਤ ਹੋ ਰਹੀ ਹੈ ਚੀਜ਼ ਦੇ ਕੋਈ ਫੰਡਿੰਗ ਉਹ ਕਹਿੰਦੇ ਅਸੀਂ ਦੇ ਚੁੱਕੇ ਹਾਂ ਜੇ ਫੰਡਿੰਗ ਦਿੱਤੀ ਹੈ 200 ਕਰੋੜ ਤੇ ਕਹਿੰਦੇ ਉਸ ਉੱਪਰ ਪੈਸਾ ਦਿੱਤਾ ਹੈ10,000 ਕਰੋੜ ਦਿਓ ਉਹਨਾਂ ਨੂੰ ਉਹ ਅੱਗੇ ਦੇ ਪੰਜਾਬ ਦੇ ਕੋਲ ਪੈਸਾ ਹੈ ਕਿੱਥੇ ਸੈਂਟਰ ਸਰਕਾਰ ਜਿਹੜੀ ਹੈ ਉਹ ਮਦਦ ਕਰਦੀ ਨਹੀਂ ਗਵਰਨਰ ਉੱਤੇ ਉਹਨਾਂ ਨੇ ਆਪਣਾ ਲਾਤਾ
अफसर उन्होंने उत्ते अपने लाते जिथे भी एंटी बीजेपी सरकार है उन्होंने सरकार काम ही नहीं करते दिहाड़ी वो की हाल किया हो ठीक है ये उन्होंने कम नहीं करते कम कर तो रोकते हैं कि अपने को नहीं पंजाब के कोई इन्ना पैसा अपने को है नहीं ठीक है तो फिर वो बस एक करते भी चंगा बदनामी हुई तो इन्हों देना चाहिए सारे स्टेटा देना चाहिए बिना विचकरे तो देना चाहिए हरियाणा ने भी दिता इन्होंने हरियाणा ने भी देना चाहिए ये जो प्राकृतिक नुकसान है ये सरकार ये कुदरत का है ये कोई ये नहीं कि भी हम हरियाणा की बारिश का पानी थोड़ा ही हरियाणा चाहिए हिमाचल की बारिश का पानी हरियाणा चाहिए पंजाब की बारिश का पानी पंजाब थोड़ा ही रहा हिमाचल का पानी पंजाब चाहिए ये प्राकृतिक कारण है ये सारा देना चाहिए सारे वास्ते ड्यूटी होंगी है भी अज उ बारिश हुई है या किन्ने परसेंट बारिश होनी है हूँ तो बहुत कुछ है तो वह अलर्ट देना चाहिए तो जो मैं दसिया इंतजाम जो परमानेंट करते ही नहीं तो जोड़ा टाइम ना चेतावनी देना है टाइम ना उन्होंने वास्ते जगह बनाना वो सरकार ने इंतजाम करने चाहिए पर जोड़े वो शायद या तो समर्थ नहीं कर फिर ध्यान ही उस पास नहीं होंगे वो तैयारी नहीं होंगी तो यह तो जो भारत में इन धार्मिक संस्थावान जी बचा छ नहीं तो पता नहीं हजारों बंदे मर जाने लखा मर जाने तो सर मैं गुरनाम सिंह चुटनी साहब उस मौजूद थे जिन्होंने दसिया भी जो कुछ पंजाब आफता हुई है जो हड़ आए हैं इस किस तरह रोके जाना चाहता इस इन्होंने अपना भी मुद्दा रखे सरकार का गलबात भी करेंगे अपना दसेंगे भी किस तरह इस चीज़ को निजटा जा सकता है चलिए तो अभिषेक मैन की रिपोर्ट पंजाब तक।